ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਇੰਸਪੈਕਟਰ ਕੇਵਲ ਸਿੰਘ ਨੇ ਥਾਣਾ ਗੁਰਾਇਆਂ ਦਾ ਬਤੌਰ SHO ਚਾਰਜ ਸੰਭਾਲਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਲਾਕੇ ਅੰਦਰ ਨਸ਼ੇ ਦੇ ਸੌਦਾਗਰਾਂ ਅਤੇ ਗੁੰਡਾ ਅਨਸਰਾਂ ਉੱਪਰ ਪਹਿਲ ਦੇ ਆਧਾਰ 'ਤੇ ਨਕੇਲ ਕੱਸੀ ਜਾਵੇਗੀ। ਉਹਨਾਂ ਇਲਾਕਿਆਂ ਵਾਸੀਆਂ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਲੋਕ ਪੁਲਿਸ ਨੂੰ ਆਪਣਾ ਸਹਿਯੋਗ ਦੇਣ। SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਗੁਰਾਇਆਂ ਦਾ ਬਤੌਰ SHO ਚਾਰਜ ਸੰਭਾਲਿਆ। ਇਸ ਮੌਕੇ 'ਤੇ ਮੈਂ ਇਲਾਕੇ ਦੇ ਵਿੱਚ ਪਿੰਡ ਦੀਆਂ ਪੰਚਾਇਤਾਂ ਅਤੇ ਮੂੰਹਦਵਾਰ ਵਿਅਕਤੀਆਂ ਬਾਰੇ ਅਪੀਲ ਕਰਨੀ ਚਾਹੁੰਦਾ ਹਾਂ ਕਿ ਜੋ ਵੀ ਇਲਾਕੇ ਦੇ ਵਿੱਚ ਕੋਈ ਨਸ਼ਿਆਂ ਪ੍ਰਤੀ ਕਿਸੇ ਨੂੰ ਕੋਈ ਖਬਰ ਮਿਲਦੀ ਆ, ਸਾਡੇ ਨਾਲ ਜ਼ਰੂਰ ਸਹਿਯੋਗ ਸਾਡਾ ਦੇਣ, ਕਿਉਂਕਿ ਇਹ ਲਾਂਤ ਨੂੰ ਜਿਹੜਾ ਪਿੱਛੇ ਤੋਂ ਪਿੱਛੇ ਸਿੱਟਿਆ ਜਾਵੇ, ਜਿਹੜਾ ਕੋਈ ਵੇਚਣ ਵਾਲਾ ਆ ਉਹਨੂੰ ਸਲਾਖਾਂ ਦੇ ਅੰਦਰ ਸਿੱਟਿਆ ਜਾਵੇ।